ਹਾਂਜੀ, ਅਸੀਂ ਇਸ ਵੇਲੇ ਵੈਸਟਮਿੰਸਟਰ ਏਰੀਏ ਵਿੱਚ ਕੈਨੇਡਾ ਵਿਖੇ ਖੜ੍ਹੇ ਹੋਏ ਹਾਂ ਅਤੇ ਇਹ ਨੇ ਬਲੂਬੇਰੀਜ਼ ਦੀ ਕਰੋਪਸ। ਇਸ ਬਲੂਬੇਰੀ ਦਾ ਤੁਸੀਂ ਅੰਦਾਜ਼ਾ ਲਾਓ ਕਿ ਕੁਛ ਪੌਦੇ 4 ਫੁੱਟ, ਕੁਝ 5, ਕੁਝ 6 ਫੁੱਟ ਤੱਕ ਹੁੰਦੇ ਹਨ ਮੈਕਸੀਮਮ। ਇਹ ਬੇਰੀ ਹੱਥਾਂ ਨਾਲ ਪਿੱਕ ਕੀਤੀ ਜਾਂਦੀ ਹੈ, ਤੋੜੀ ਜਾਂਦੀ ਹੈ ਅਤੇ ਆ ਕਿੰਨੇ ਖੂਬਸੂਰਤ ਫਰੂਟ ਨੇ। ਇਹ ਫਿਰ ਇਸ ਤਰ੍ਹਾਂ ਦੀਆਂ ਬਕਟਸ, ਬਾਲਟੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਛੋਟੀ ਬਾਲਟੀ ਤੋਂ ਵੱਡੀ ਬਾਲਟੀ ਵਿੱਚ ਪਾਈ ਜਾਂਦੀ ਆ ਅਤੇ ਇਸ ਤਰ੍ਹਾਂ ਇਹ ਪ੍ਰੋਸੈਸ ਚੱਲਦਾ ਰਹਿੰਦਾ। ਫਿਰ ਉਹ ਇੱਕ ਥਾਂ ਇਕੱਤਰ ਹੋ ਜਾਂਦੇ ਆ ਅਤੇ ਅੱਗੇ ਉਹ ਸਟੋਰੇਜ ਜਾਂ ਕਿੱਥੇ ਵੀ ਲਿਜਾਣੀ ਹੋਵੇ ਕਿਤੇ ਵੀ, ਤਾਂ ਉੱਥੇ ਉਹ ਵਹੀਕਲ 'ਤੇ, ਟਰੱਕ 'ਤੇ, ਜੋ ਵੀ ਹੈਗਾ ਸੁਵਿਧਾ ਉਹਦੇ 'ਤੇ ਲੈ ਜਾਂਦੇ ਨੇ। ਦੇਖੋ ਕਿੰਨੇ ਖੂਬਸੂਰਤ ਦ੍ਰਿਸ਼ ਹੈ। ਇੱਕ ਗੱਲ ਦੱਸੀਏ, ਇਹਨਾਂ ਦੇ ਨਾਲ ਕੋਈ ਕੰਡੇ ਵਗੈਰਾ ਨਹੀਂ ਹੁੰਦੇ ਆ, ਦੇਖ ਲਓ। ਆਹ ਦੇਖੋ ਇਸ ਤਰ੍ਹਾਂ ਕਰੀਏ, ਕੋਈ ਕੰਡਾ ਨਹੀਂ। ਇਹ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਗਈ ਆ। ਮੈਂ ਹਾਂ ਮੇਜਰ ਸਿੰਘ ਜੱਸੀ ਫਰੋਮ ਕੈਨੇਡਾ।